ਨਾਭਾ ਵਿਖੇ ਮੰਤਰੀ ਧਰਮਸੋਤ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਆਖਿਆ ਕਿ ਰਾਹੁਲ ਗਾਂਧੀ 3 ਦਿਨ ਸਾਰੇ ਪੰਜਾਬ ਵਿੱਚ ਟਰੈਕਟਰ ਟਰੈਲੀ ਕਰਕੇ ਗਏ ਨੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪਾਣੀਆਂ ਦੇ ਮਸਲੇ 'ਤੇ ਵੀ ਆਪਣੀ ਕੁਰਸੀ ਖਤਰੇ ਵਿੱਚ ਪਾ ਕੇ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਸਨ। ਉਹਨਾਂ ਆਖਿਆ ਕਿ ਰਾਹੁਲ ਗਾਂਧੀ ਮੁੱਖ ਮੰਤਰੀ ਪੰਜਾਬ ਸਾਰੀ ਕਾਂਗਰਸ ਪਾਰਟੀ ਦਿਲੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਹਨਾਂ ਆਖਿਆ ਕਿ ਅਸੀਂ ਕੇਜਰੀਵਾਲ ਵਾਂਗ ਨਹੀਂ ਹਾਂ, ਪਹਿਲਾਂ ਗਲਤੀ ਕਰਕੇ ਫਿਰ ਮਜੀਠੀਆ ਤੋਂ ਹਾੜੇ ਹਾੜੇ ਮਾਫੀਆਂ ਮੰਗਦਾ। ਬੀਤੇ ਦਿਨੀ ਕੇਂਦਰ ਦੇ ਖੇਤੀਬਾੜੀ ਮੰਤਰੀ ਤੋਮਰ ਨੇ ਕਿਸਾਨਾਂ ਨੂੰ ਆਖਿਆ ਹੈ ਕਿ ਬੱਚੇ ਅਤੇ ਬਜ਼ੁਰਗ ਘਰਾਂ ਨੂੰ ਚਲੇ ਜਾਣ ਅਤੇ ਪਲਟਵਾਰ ਕਰਦਿਆਂ ਉਹਨਾਂ ਆਖਿਆ ਹੈ ਕਿ ਕੇਂਦਰ ਦੀ ਨੀਅਤ ਵਿੱਚ ਫਰਕ ਹੈ, ਕੇਂਦਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪੈਣਾ। ਚੈੱਕ ਦਿੱਤਾ, ਇਹਨਾਂ ਦੀ ਧਰਮਸ਼ਾਲਾ ਬਣ ਰਹੀ ਹੈ, ਧਰਮਸ਼ਾਲਾ ਵਾਸਤੇ ਤਾਂ ਕਿ ਲੋਕਾਂ ਨੂੰ ਬੈਠ ਕੇ ਆਪਣਾ ਕੰਮ ਕੁਝ ਕਰਨਾ, ਕੋਈ ਸਭਾ ਕਰਨੀ ਹੈ, ਵਿਆਹ ਕਰਨਾ, ਸ਼ਾਦੀ ਕਰਨਾ, ਉੱਥੇ ਆਪਣਾ ਕੰਮ ਕਰ ਸਕਣ। ਔਰ 5 ਲੱਖ ਰੁਪਏ ਦਿੱਤਾ, ਅੱਜ ਨਾਲ ਦੀ ਨਾਲ ਹੀ ਅਗਲੇ ਸਾਲ 5 ਲੱਖ ਰੁਪਏ ਹੋਰ ਮੈਂ ਦਊਂਗਾ। ਜਿਹੜੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਹਿ ਰਹੇ ਵੀ ਕੈਪਟਨ ਸਾਹਿਬ ਗ੍ਰਹਿ ਮੰਤਰੀ ਨੂੰ ਮਿਲਣ ਈਡੀ ਦੇ, ਆਪਣੇ ਈਡੀ ਦੇ ਕੇਸ ਪਿੱਛੇ ਗਏ ਤੇ ਵੀ ਕਿਸਾਨਾਂ ਪਿੱਛੇ ਨਹੀਂ ਗਏ ਸੀ, ਉਹ ਆਪਣੇ ਦਿਮਾਗ 'ਤੇ ਨਹੀਂ, ਉਹਨਾਂ ਦੀ ਅਕਲ ਹੈ ਨਹੀਂ ਟਿਕਾਣੇ। ਮੰਤਰੀ ਸਾਹਿਬ ਸੰਘਰਸ਼ ਚੱਲ ਰਿਹਾ, ਪਹਿਲਾਂ ਕੁਛ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਤਕੜੇ ਹੋ ਕੇ ਖੜ੍ਹੇ ਸੀ, ਹਮੇਸ਼ਾ ਖੜ੍ਹੇ ਸੀ, ਅੱਜ ਨਹੀਂ ਖੜ੍ਹੇ। ਇਹ ਤਾਂ ਆਪਣੀਆਂ ਕੁਰਸੀਆਂ ਪਿੱਛੇ ਫਿਰਦੇ ਨੇ। ਕੈਪਟਨ ਅਮਰਿੰਦਰ ਸਿੰਘ ਉਹਨੇ ਜਦੋਂ ਪਾਣੀ ਦਾ ਫੈਸਲਾ ਕੀਤਾ ਸੀ ਉਦੋਂ ਵੀ ਅਸੀਂ ਬਿੱਲ ਰੱਦ ਕੀਤੇ ਅਤੇ ਆਪਣੀ ਕੁਰਸੀ ਖਤਰੇ 'ਚ ਪਾ ਕੇ CM ਦੀ ਕੁਰਸੀ ਛੱਡ ਕੇ ਕੀਤਾ ਸੀ। ਅੱਜ ਵੀ ਜੇ ਫੈਸਲਾ ਕੀਤਾ ਹੈ, ਰਾਹੁਲ ਗਾਂਧੀ ਜੀ ਆਪ 3 ਦਿਨ ਆ ਕੇ ਕਿਸਾਨਾਂ ਦੇ ਹੱਕ 'ਚ ਟਰੈਕਟਰ ਮਾਰਚ ਕਰਕੇ ਗਏ ਨੇ ਔਰ ਪੂਰੇ ਹਿੰਦੁਸਤਾਨ 'ਚ ਰਾਹੁਲ ਗਾਂਧੀ ਕਿਸਾਨਾਂ ਨਾਲ ਖੜ੍ਹਿਆ ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਔਰ ਕਾਂਗਰਸ ਪਾਰਟੀ ਪੰਜਾਬ ਦੀ ਪੂਰੇ ਦਿਲੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ ਔਰ ਇੱਥੇ ਤੱਕ ਕਿ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਸਾਹਮਣੇ ਸਮੇਤ MLA ਸਾਰੇ ਮਿਨਿਸਟਰ 2 ਆਪੋਜੀਸ਼ਨ ਪਾਰਟੀਆਂ ਧਰਨਾ ਵੀ ਲਾ ਕੇ ਆ ਚੁੱਕੇ ਹਾਂ। ਅਸੀਂ ਇਹ ਕੇਜਰੀਵਾਲ ਵਾਂਗੂ ਨਹੀਂ ਕਰਦੇ, ਕਦੇ ਮਾਫ਼ੀ ਉਹਦੇ ਬਾਦਲ ਦੇ ਮੁੰਡੇ ਦੇ ਸਾਲੇ ਤੋਂ ਮੰਗ ਲਈ, ਹਾੜੇ ਹਾੜੇ ਕਹਿੰਦੇ ਮਾਫ਼ ਕਰਦੇ। ਇਹ ਲੋਕਾਂ ਦਾ ਭਲਾ ਕਰ ਸਕਦੇ ਨੇ, ਕਿਤੇ ਖੜ੍ਹ ਸਕਦੇ ਨੇ ਮਾਫ਼ੀਆਂ ਮੰਗਣ ਵਾਲੇ? ਮੰਤਰੀ ਸਾਹਿਬ, ਜਿਹੜੇ ਸੈਂਟਰ ਦੇ ਖੇਤੀਬਾੜੀ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਬੱਚੇ ਅਤੇ ਬਜ਼ੁਰਗ ਘਰੇ ਚਲੇ ਜਾਣ ਇਸ ਜਿਹੜਾ ਅੰਦੋਲਨ ਨੂੰ ਛੱਡ ਕੇ। ਦੇਖੋ, ਮੈਂ ਸਮਝਦਾ ਕਿ ਕੇਂਦਰ ਦੀ ਨੀਅਤ ਮਾੜੀ ਹੈ, ਉਹਨਾਂ ਨੀਅਤ ਮਾੜੀ ਹੈ ਔਰ ਕਿਸਾਨਾਂ ਦੇ ਅੱਗੇ ਉਹਨਾਂ ਨੂੰ ਝੁਕਣਾ ਹੀ ਪਏਗਾ। ਕਿਸਾਨ ਸਾਡੇ ਹਿੰਦੁਸਤਾਨ ਦਾ ਅੰਨਦਾਤਾ ਹੈ, ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਕੱਲਾ ਕਿਸਾਨ ਨਹੀਂ ਹੈ, ਇਹਦੇ ਨਾਲ ਆੜ੍ਹਤੀਆ ਵੀ ਹੈ, ਆੜ੍ਹਤੀ ਇਹਦੇ ਨਾਲ ਮਜ਼ਦੂਰ ਵੀ ਹੈ, ਪੱਲੇਦਾਰ ਵੀ ਹੈ, ਸ਼ੈਲਰ ਵਾਲਾ ਵੀ ਹੈ। ਇਹ ਛੋਟੇ ਛੋਟਿਆਂ ਨੂੰ ਮਾਰ ਕੇ ਮੋਦੀ ਸਾਹਿਬ ਇਕੱਲੇ ਅਡਾਨੀਆਂ ਵਾਨੀਆਂ ਨੂੰ ਕਾਮਯਾਬ ਕਰਨਾ ਚਾਹੁੰਦੇ ਨੇ, ਇਹ ਕਤਈ ਨਹੀਂ ਹੋਏਗਾ, ਨਾ ਕਾਂਗਰਸ ਬਰਦਾਸ਼ਤ ਕਰੇਗੀ। 500 ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਕੱਲ੍ਹ ਭਾਰਤ ਬੰਦ ਦੀ ਕਾਲ ਦਿੱਤੀ ਹੈ, ਕਿਵੇਂ ਦੇਖਦੇ ਹੋ? ਠੋਕ ਕੇ ਅਸੀਂ ਨਾਲ ਸਾਥ ਦੇਵਾਂਗੇ, ਠੋਕ ਕੇ, ਤਕੜੇ ਹੋ ਕੇ। ਜੇ ਉਹਨਾਂ ਨੇ 8 ਘੰਟੇ ਕਿਹਾ ਤਾਂ ਅਸੀਂ 10 ਘੰਟੇ ਨਾਲ ਦੇਵਾਂਗੇ।